ਸਾਰਿਆਂ ਨੂੰ ਮੇਰੇ ਵੱਲੋਂ ਪਿਆਰੇ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਅੱਜ ਦਾ ਵਲੋਗ ਸ਼ੂਟ ਕਰਨ ਦਾ ਪਰਪਜ਼ ਹੈ ਕਿ ਅੱਜ ਆਪਾਂ ਪੂਰੇ ਫਾਰਮ ਦਾ ਦੌਰਾ ਕਰਾਂਗੇ, ਠੀਕ ਹੈ। ਜਿਵੇਂ ਤੁਹਾਨੂੰ ਪਿਛਲੀ ਵੀਡੀਓ ਤੁਹਾਨੂੰ ਮੈਂ ਦੱਸਿਆ ਸੀਗਾ, ਅੱਜ ਹਵਾ ਬਹੁਤ ਘੈਂਟ ਚੱਲ ਰਹੀ ਹੈ ਅਤੇ ਮੌਸਮ ਇੱਕਦਮ A1। ਪੂਰੇ ਫਾਰਮ ਦਾ ਦੌਰਾ ਕਰਾਵਾਂਗੇ, ਕਿੱਥੇ ਕਿੱਥੇ ਕੀ ਲੱਗਿਆ, ਕਿੱਦਾਂ ਕਿੱਦਾਂ ਲੱਗਿਆ ਆ। ਅਤੇ ਇੱਕ ਨਾਰੀਅਲ ਵੀ ਤੋੜ ਕੇ ਪੀਵਾਂਗੇ ਯਾਰ, ਕਰਨਾਟਕ 'ਚ ਆਏ ਹੈ। ਅਤੇ ਉਹ ਦੇਖੋ ਸਾਡੇ ਸਾਹਮਣੇ ਨਾਰੀਅਲ ਲੱਗੇ ਆ, ਹੁਣ ਤੋੜਦੇ ਸਾਨੂੰ ਦਿਖਾ ਨਹੀਂ ਪਾਊਂ ਕਿਉਂਕਿ ਮੇਰੀ ਵੀਡੀਓ ਬਣਾਉਣ ਵਾਸਤੇ ਮੇਰੇ ਕੋਲ ਕੋਈ ਮੇਰਾ ਬ੍ਰਦਰ ਹੈ ਨਹੀਂ। ਆਹ ਨਾਰੀਅਲ ਲੱਗੇ ਆ, ਠੀਕ ਹੈ। ਅਤੇ ਘਰ ਤੁਹਾਨੂੰ ਦਿਖਾਵਾਂਗੇ ਮਾਸੀ ਦਾ ਘਰ ਕਿਹੜਾ ਆ। ਅਤੇ ਇੱਥੋਂ ਆਪਾਂ ਹੁਣ ਤੁਹਾਨੂੰ ਦਿਖਾਈ ਸੀ ਕਿ ਸਿੱਧੀ ਰੋਡ ਜਾਂਦੀ ਆ ਉੱਧਰ ਨੂੰ, ਉਹ ਫਾਰਮ ਦਾ ਗੇਟ ਹੈ। ਅਤੇ ਇੱਧਰ ਸਿੱਧੀ ਰੋਡ ਜਾਂਦੀ ਹੈ, ਰੋਡ ਤੁਹਾਨੂੰ ਦਿਖਾਉਣੇ ਆ ਕਿੱਦਾਂ ਦੀ ਰੋਡ ਹੈ। ਅਤੇ ਹਰ ਇੱਕ ਰੋਡ ਦੇ ਕਿਨਾਰੇ ਕਿਨਾਰੇ ਸਾਰੇ ਪਾਸੇ ਆਹ ਨਾਰੀਅਲ ਦੇ ਪੇੜ ਲੱਗੇ ਆ। ਦੇਖੋ ਸਿੱਧਾ ਵਿਊ ਕਰਕੇ ਦਿਖਾਉਂਦੇ ਤੁਹਾਨੂੰ ਕਿੱਦਾਂ ਦੀ ਰੋਡ ਹੈ, ਕਿੱਥੇ ਘਰ ਬਣਿਆ, ਕਿੱਦਾਂ ਕਿੱਦਾਂ ਕੀ ਹੈ। ਅਤੇ ਉੱਧਰ ਸਾਰੇ ਨਾਰੀਅਲ ਦੇ ਪੇੜ ਲੱਗੇ ਆ, ਨਿੰਬੂ ਦੇ ਬੂਟੇ ਲੱਗੇ ਆ, ਚੀਕੂ ਵੀ ਲੱਗੇ ਆ, ਚੀਕੂ ਤੁਹਾਨੂੰ ਦਿਖਾਵਾਂਗੇ। ਅਤੇ ਮਿਰਚਾਂ ਲੱਗੀਆਂ, ਟਮਾਟਰ ਵੀ ਲੱਗੇ ਆ, ਬੂਟੇ ਛੋਟੇ ਛੋਟੇ ਬੂਟੇ ਹੈਗੇ ਆ। ਔਰ ਤੁਹਾਨੂੰ ਦਿਖਾਉਣੇ ਸਾਨੂੰ ਕਿੱਦਾਂ ਕਿੱਦਾਂ ਕੀ ਹੈ। ਅਤੇ ਉਸ ਵੀਡੀਓ ਨਾਲ ਬਣੇ ਰਹੋ, ਅਤੇ ਉਸ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜੇ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਣਾ ਨੂੰ ਸਬਸਕ੍ਰਾਈਬ ਕਰੋ। ਅਤੇ ਇੱਦਾਂ ਦੀ ਵੀਡੀਓ ਦੇਖਣ ਲਈ, ਜੇ ਵਲੌਗ ਪਸੰਦ ਆਉਂਦੇ ਆ ਤਾਂ ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ, ਸਾਰਾ ਕੁਛ ਕਰ ਦਿਓ। ਚਲੋ ਫਿਰ ਚੱਲਦੇ ਹਾਂ ਅੱਗੇ ਨੂੰ। ਦੋਸਤੋ ਫਾਰਮ 'ਚ ਵੜਦੇ ਹੀ ਉਹ ਫਾਰਮ ਦਾ ਗੇਟ ਹੈ, ਇੱਥੋਂ ਵੜਦੇ ਹੀ ਬਿਲਕੁਲ ਨਾਰੀਅਲ ਦੇ ਪੇੜ ਲੱਗੇ ਆ। ਨਾਰੀਅਲ ਅੰਨੇ ਵਾਹ ਲੱਦੇ ਹੋਏ ਇਕਦਮ, ਪਰ ਹਾਲੇ ਥੋੜ੍ਹੇ ਕੱਚੇ ਆ। ਹਵਾ ਬਹੁਤ ਚੱਲਣ ਡਈ ਹੈ। ਮਾਸੀ ਉਹਨਾਂ ਦਾ ਘਰ ਇੱਧਰ ਆ ਜਾਂਦਾ। ਘਰ ਦੇ ਉੱਪਰ ਚੜ੍ਹ ਕੇ ਸਾਨੂੰ ਵਿਊ ਦਵਾਂਗੇ, ਕਿੰਨਾ ਵਧੀਆ ਵਿਊ ਹੁੰਦਾ ਚਾਰੇ ਪਾਸੇ ਦਾ। ਅਤੇ ਇਸ ਪ੍ਰਕਾਰ ਨਾਲ ਇਸ ਗਲੀ 'ਚ ਆਪਾਂ ਆਏ ਹਾਂ। ਉੱਪਰ ਚੜ੍ਹ ਕੇ ਵਿਊ ਦਿੰਦੇ ਸਾਨੂੰ ਥੋੜ੍ਹਾ ਜਿਹਾ। ਲਓ ਜੀ ਦੋਸਤੋ, ਘਰ ਦੇ ਉੱਪਰ ਪਹੁੰਚ ਚੁੱਕੇ ਹਾਂ। ਤੁਹਾਨੂੰ ਸਪੈਸ਼ਲੀ ਵਿਊ ਦੇਣ ਲਈ ਕਿੱਦਾਂ ਕਿੱਦਾਂ ਵਿਊ ਆਉਂਦਾ ਚਾਰੇ ਪਾਸੇ ਦਾ। ਵਿਊ ਬਹੁਤ ਤਕੜਾ ਹੈ। ਸਭ ਤੋਂ ਜ਼ਿਆਦਾ ਇੱਥੇ ਨਾਰੀਅਲ ਦੇ ਪੇੜ ਹੀ ਮਿਲੂ, ਕਿਉਂਕਿ ਨਾਰੀਅਲ ਦੇ ਪੇੜ ਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਆਵਸ਼ਕਤਾ ਹੁੰਦੀ ਹੈ। ਜੇ ਉਹਨੂੰ ਪਾਣੀ ਨਾ ਮਿਲੇ ਤਾਂ ਉਹਦਾ ਕੱਦ ਛੋਟਾ ਰਹਿ ਜਾਂਦਾ ਅਤੇ ਨਾਰੀਅਲ ਨਹੀਂ ਲੱਗਦੇ, ਹੈ ਨਾ। ਤੁਹਾਨੂੰ ਦਿੰਦੇ ਥੋੜ੍ਹਾ ਵਿਊ। ਦੋਸਤੋ ਅੱਗੇ ਕਰਾਂਗੇ ਆਪਾਂ ਇਸ ਫਾਰਮ ਨੂੰ ਐਕਸਪਲੋਰ, ਦੇ ਦੱਸਾਂਗੇ ਇੱਥੇ ਕਿਹੜੇ ਕਿਹੜੇ ਇੰਪੋਰਟੈਂਟ ਜਿਹੜੇ ਹੁੰਦੇ ਆ ਉਹ ਪਲਾਂਟਸ ਲੱਗੇ ਆ ਅਤੇ ਕੀ ਕੀ ਉਹਨਾਂ ਯੂਜ਼ ਹੈ। ਅਤੇ ਥੋੜ੍ਹੇ ਇੱਥੇ ਫੁੱਲ ਬਹੁਤ ਸੋਹਣੇ ਲੱਗੇ, ਸਾਨੂੰ ਦਿਖਾਉਣਾ ਫੁੱਲ ਮੈਂ ਕਿੱਦਾਂ ਲੱਗੇ। ਇੱਥੇ ਫੁੱਲ ਹੈ ਪਤਾ ਨਹੀਂ ਕਾਹਦੇ ਪਰ ਲੱਗੇ ਆ। ਬੂਟਾ ਬਹੁਤ ਉੱਚਾ ਹੈ, ਬੂਟਾ ਨਹੀਂ ਪੇੜ ਹੀ ਬਣਿਆ ਪਿਆ, ਤਾਂ ਦਿਖਾਉਣੇ ਸਾਨੂੰ ਫੁੱਲ। ਧੁੱਪ ਨਿਕਲ ਆਈ ਹੈ, ਸਵੇਰ ਦੇ ਬੱਦਲ ਬਹੁਤ ਹੋਏ ਸੀ। ਤੂੰ ਚੱਲਦੇ ਫਿਰ ਫਾਰਮ ਐਕਸਪਲੋਰ ਕਰਵਾਈਏ ਅਤੇ ਚੱਲਦੇ ਫਿਰ ਦੋਸਤੋ। ਇੱਥੇ ਇੱਦਾਂ ਦਾ ਹੈ ਨਾ ਕਿ ਬਸ ਛਾਵੇਂ ਪੈ ਜਾਓ ਮੰਜੀ ਡਾਹ ਕੇ, ਤੁਹਾਨੂੰ ਬਿਲਕੁਲ ਗਰਮੀ ਨਹੀਂ ਲੱਗਣੀਗੀ, ਨਾ ਸਾਨੂੰ ਠੰਡ ਲੱਗਣੀ ਹੈ। ਆਰਾਮ ਨਾਲ ਪਏ ਰਹਿਣਾ, ਨਾ ਜ਼ਿਆਦਾ ਗਰਮੀ ਨਾ ਜ਼ਿਆਦਾ ਠੰਡ, ਇੱਦਾਂ ਦਾ ਮੌਸਮ ਹੈ ਇੱਥੇ। ਮਤਲਬ ਕਹੀਏ ਤਾਂ ਸਮ ਤਾਪਮਾਨ ਰਹਿੰਦਾ ਇੱਥੇ ਹਮੇਸ਼ਾ, ਅਤੇ ਧੁੱਪ ਇੰਨੀ ਟਿਕਵੀਂ ਹੈ ਕਿ ਜੇ ਮਤਲਬ ਸਕਿਨ ਨੂੰ ਕਾਲਾ ਕਰ ਦਿੰਦੀ ਹੈ, ਮਤਲਬ ਤਾਂ ਹੀ ਇੱਥੇ ਰੋਗ ਇੰਨੇ ਕਾਲੇ ਹੁੰਦੇ ਆ। ਚਲ ਆਪਾਂ ਲੱਗਦਾ ਫਿਰ ਸੁੱਖ ਨਾਲ ਠੀਕ ਠਾਕ ਹੀ ਹੈ, ਗੋਰਾ ਵੀ ਨਹੀਂ ਕਹਾਂਗੇ, ਕਦੀ ਮਾਣ ਨਹੀਂ ਕੀਤਾ ਬਈ।
ਚਲੋ ਫਿਰ ਚਲਦੇ ਥੱਲੇ ਹੁਣ ਐਕਸਪਲੋਰ ਕਰਵਾਈਏ ਫਾਰਮ ਪੂਰਾ, ਕਿੱਥੇ ਕਿੱਥੇ ਕੀ ਲੱਗਿਆ, ਕਿੱਦਾਂ ਕਿੱਦਾਂ, ਤੁਹਾਨੂੰ ਦਿਖਾਈਏ ਕੀ ਮਿਰਚਾਂ ਕਿਵੇਂ ਲੱਗਦੀਆਂ ਬੂਟੇ ਦੇ। ਆਪਣੇ ਕਈ ਵਾਰ ਆਪਣੇ ਨਹੀਂ ਦੇਖਿਆ ਹੁੰਦਾ ਕਿਸੇ ਨੇ ਵੀ ਕਿ ਬੂਟਿਆਂ ਦੇ ਮਿਰਚਾਂ ਵਗੈਰਾ ਕਿਵੇਂ ਲੱਗਦੀਆਂ, ਉਹ ਵੀ ਦੇਖਾਂਗੇ ਮੈਂ। ਆਪ ਪਹਿਲੀ ਵਾਰ ਦੇਖਿਆ ਕਿ ਬੂਟੇ ਦੇ ਮਿਰਚਾਂ ਕਿਵੇਂ ਲੱਗੀਆਂ ਹੋਈਆਂ ਹੈ, ਠੀਕ ਹੈ। ਚਲੋ ਦੇਖਦੇ ਹਾਂ ਵੀ ਕੀ ਬਣਦਾ ਕੀ ਹੈ। ਚਲੋ ਚੱਲਦੇ ਹਾਂ ਥੱਲੇ, ਲੈਟਸ ਗੋ। ਚਲੋ ਜੀ, ਦੋ ਚਾਰ ਨਾਰੀਅਲ ਤੁੜ ਕੇ ਲਿਆਏ ਆ, ਹੁਣ ਆਪਾਂ ਛਿਲ ਕੇ ਦੇਖਾਂਗੇ ਪਾਣੀ ਕਿੰਨਾ ਮਿੱਠਾ ਨਿਕਲਦਾ ਆ ਤੇ ਕਿੱਦਾਂ ਕਿੱਦਾਂ ਹੁੰਦਾ ਆ। ਆਪਾਂ ਛਿਲ ਕੇ ਕੋਸ਼ਿਸ਼ ਕਰਦੇ ਆ, ਬਾਅਦ ਚੋਂ ਆਪਾਂ ਇਹਨੂੰ ਪੀਵਾਂਗੇ, ਵਿੱਚ ਗਿਰੀ ਵੀ ਕੱਢਾਂਗੇ। ਚਲੋ ਸ਼ੁਰੂ ਕਰਦੇ ਆ ਫਿਰ ਨਾਰੀਅਲ। ਪਾਣੀ ਨਿਕਲਿਆ, ਆ ਗਿਆ। ਪਹਿਲਾਂ ਪਹਿਲਾਂ ਜਿਹਨੇ ਉਂਗਲ ਪਾ ਕੇ ਨਾਰੀਅਲ ਖੋਲਿਆ, ਆ ਗਿਆ ਨਾਰੀਅਲ। ਪਾਣੀ ਹੈਗਾ ਨੀ, ਬਹੁਤ ਮਿੱਠਾ ਪਾਣੀ ਹੈ। ਇੱਥੇ ਗਿਰੀ ਕੱਢ ਕੇ ਦੇਖਦੇ, ਗਿਰੀ ਵਿੱਚ ਕਿਵੇਂ ਨਿਕਲਦੀ ਹੈ। ਚਾਲੇ ਨੀ ਗੁੱਜਿਆ ਖੜਾ ਆ, ਪਾਸੇ ਤੇ ਰਹਿ ਗਿਆ ਜਿੱਥੇ ਮਰ ਗਿਆ। ਬੇਇੱਜ਼ਤੀ ਨਹੀਂ ਹੋਈ, ਨਾਰੀਅਲ ਗਿਰੀ ਨਿਕਲੀ ਤਗੜੀ, ਕਿਦਾਂ ਬੜੀ ਹੋਈ। ਚਲੋ ਇੱਧਰ ਦੂਜਾ ਨਾਰੀਅਲ ਤੋੜਾਂਗੇ। ਲਓ ਜੀ ਦੋਸਤੋ, ਚਾਹ ਚ ਦੇਖੋ ਕਿਤੇ ਨਾਰੀਅਲ ਤੋੜਦੇ, ਪਾਣੀ ਪੀ ਲਏ, ਗਿਰੀਆਂ ਕੱਢ ਕੱਢ ਸਵਾਦ ਲਈ ਜਾਂਦੇ, ਆਨੰਦ ਮਾਣੀ ਜਾਂਦੇ ਆ। ਤੇ ਠੰਡੀ ਹਵਾ ਚੱਲਣ ਡਈ ਆ, ਪੱਤਿਆਂ ਦੀ ਸਰ ਸਰ ਸੁਣਦੀ ਹੋਊਗੀ ਤੁਹਾਨੂੰ, ਤੇ ਤੁਹਾਨੂੰ ਐਕਸਪਲੋਰ ਕਰਾਵਾਂਗੇ ਇਹ ਸਭ ਖਾਣ ਤੋਂ ਬਾਅਦ, ਉਧਰੋਂ ਲੈ ਕੇ ਉੱਥੋਂ ਤੇ ਉੱਥੋਂ ਤੱਕ ਪੂਰਾ ਐਕਸਪਲੋਰ ਕਰਾਂਗੇ। ਕਿਹੜੇ ਕਿਹੜੇ ਪਲਾਂਟਸ ਲੱਗੇ ਆ ਦੇਖਾਂਗੇ, ਚਾਰ ਚਾਰ ਨਾਰੀਅਲ ਦੇਖਦੇ ਆ, ਉਧਰੋਂ ਅੰਦਰ ਹੀ ਦੇਖਾਂਗੇ ਕਾਹਦੇ ਲੱਗਦੇ ਆ। ਤਾਂ ਮਿਲਦੇ ਆ ਫਿਰ ਇਹ ਸਭ ਫਿਨਿਸ਼ ਕਰਨ ਤੋਂ ਬਾਅਦ। ਪਹਿਲਾਂ ਕੱਢੀਏ ਇਹਨੂੰ ਚਮਚੇ ਨਾਲ, ਕਰਦ ਨਾਲ ਵਿੱਚ ਇਸ 'ਚ ਪਾ ਕੇ ਧੋ ਕੇ ਚੰਗੀ ਤਰ੍ਹਾਂ ਫਿਰ ਖਾਵਾਂਗੇ। ਮਿਲਦੇ ਆ ਸਾਨੂੰ ਉਸ ਤੋਂ। ਨਾਰੀਅਲ ਨੂਰੀਅਲ ਖਾ ਲਿਆ ਹੈ ਅਤੇ ਹੁਣ ਆਪਾਂ ਤੁਹਾਨੂੰ ਘੁੰਮਾ ਕੇ ਲਿਆਉਣੇ ਆ, ਉੱਧਰ ਸ਼ੁਰੂ ਕਰਾਂਗੇ
ਉਦੋਂ ਸ਼ੁਰੂ ਕਰਦੇ ਕਰਦੇ ਠੀਕ ਹੈ ਉਹ ਪੂਰਾ ਏਰੀਆ ਆਪਾਂ ਉੱਥੋਂ ਦੀ ਆਪਾਂ ਬਾਹਰ ਨਿਕਲ ਜਾਣਾ ਅਤੇ ਰਸਤੇ ਸਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਆਪਣੇ ਪਲਾਂਟਸ ਲੱਗੇ ਨੇ ਅਤੇ ਨਾਰੀਅਲ ਦੇ ਕਿੱਦਾਂ ਕਿੱਦਾਂ ਦੇ ਬੂਟੇ ਨੇ ਅਤੇ ਮੌਸਮ ਤੁਸੀਂ ਦੇਖ ਸਕਦੇ ਹੋ ਬੱਦਲਬਾਹੀ 'ਚ ਬਹੁਤ ਹੋਈ ਪਈ ਹੈ ਅਤੇ ਮੀਂਹ ਆਉਣ ਵਾਲਾ ਹੈ ਅਤੇ ਹੁਣ ਆਪਾਂ ਚੱਲਦੇ ਹਾਂ ਉੱਧਰ ਦੇਖਦੇ ਹਾਂ ਕਿਹੜੇ ਕਿਹੜੇ ਉੱਥੇ ਬੂਟੇ ਲੱਗੇ ਆ ਤੁਸੀਂ ਵੀ ਲੋ ਅੱਗੇ ਦਾ ਕਿਵੇਂ ਦੋਸਤੋ ਆਹ ਬੂਟਾ ਹੈ ਨਾਰੀਅਲ ਦਾ ਠੀਕ ਹੈ ਇਹ ਵੀ ਨਾਰੀਅਲ ਦਾ ਬੂਟਾ ਹੈ ਪੇੜ ਮਤਲਬ ਪੇੜ ਬਣਨ ਵਾਲਾ ਹੈ ਇਹ ਨਹੀਂ ਸੋਚੋ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਜਦ ਤੱਕ ਇਹਨੂੰ ਪਾਣੀ ਮਿਲਦਾ ਰਹੂਗਾ ਇਹ ਵੱਧਦਾ ਰਹੂਗਾ ਉੱਪਰ ਤੱਕ ਹਾਲੇ ਜਿੱਦਾਂ ਮੋਟਰ ਨਿਕਲ ਰਿਹਾ ਥੱਲਿਓ ਅਤੇ ਇਹ ਹੈ ਨਿੰਬੂ ਇਹ ਹੈ ਨਿੰਬੂਆਂ ਦਾ ਬੂਟਾ ਠੀਕ ਹੈ ਅਤੇ ਇਹ ਲੱਗੇ ਨੇ ਪਪੀਤੇ ਪਪੀਤਿਆ ਬੂਟਾ ਉੱਧਰ ਹੀ ਪਪੀਤੇ ਲੱਗੇ ਨੇ ਆਹ ਹੀ ਪਪੀਤਿਆ ਬੂਟਾ ਹੈ ਅਤੇ ਇਹ ਬੂਟਾ ਹੈਗਾ ਆ ਚੰਦਨ ਦਾ ਠੀਕ ਹੈ ਇਹ ਵੀ ਨਿੰਬੂ ਦਾ ਬੂਟਾ ਹੈ ਅੱਗੇ ਚੱਲ ਕੇ ਦੇਖਦੇ ਹਾਂ ਹੋਰ ਹੋਰ ਕੀ ਕੁਛ ਹੈ ਆਹ ਆਪਣੇ ਨਿੰਬੂ ਲੱਗਿਆ ਹਰੇ ਹਰੇ ਠੀਕ ਹੈ ਚਲੋ ਅੱਗੇ ਚੱਲਦੇ ਹਨ ਆਹ ਇੱਕ ਨਿੰਬੂ ਇੱਕ ਨਾਰੀਅਲ ਪੇੜ ਇੱਕ ਨਿੰਬੂ ਇੱਕ ਨਾਰੀਅਲ ਦਾ ਪੇੜ ਇੱਕ ਨਿੰਬੂ ਇੱਕ ਨਾਰੀਅਲ ਦਾ ਪੇੜ ਵਿੱਚ ਵਿੱਚ ਚੰਦਨ ਦੇ ਪੇੜ ਲੱਗਿਆ ਆਹ ਚੰਦਨ ਦਾ ਪੇੜ ਆ ਅਤੇ ਆਹ ਮੂਹਰੇ ਪਪੀਤੇ ਦਾ ਪੇੜ ਠੀਕ ਹੈ ਆਹ ਫਿਰ ਨਿੰਬੂ ਦਾ ਆ ਗਿਆ ਮਤਲਬ ਇੱਦਾਂ ਕਰਕੇ ਪੂਰੀ ਬਗਾਨੀ ਕੀਤੀ ਹੋਈ ਹੈ ਪੂਰੀ ਨਾਰੀਅਲ ਅਤੇ ਨਿੰਬੂ ਦੀ ਅਤੇ ਚੰਦਨ ਦੀ ਠੀਕ ਹੈ ਅਤੇ ਹੁਣ ਆਪਾਂ ਹੋਰ ਚੱਲਦੇ ਅੱਗੇ ਰਸਤਾ ਜਾਂਦਾ ਉੱਪਰ ਉੱਪਰ ਦੀ ਜੇ ਆਪਾਂ ਦੇਖੋ ਜੀ ਉੱਥੇ ਆਪਣਾ ਕੁਛ ਸਿੱਖਣ ਨੂੰ ਕੁਛ ਨਾ ਕੁਛ ਸਿੱਖਣ ਨੂੰ ਵੀ ਆਪਾਂ ਨੂੰ ਮਿਲਦਾ ਹੈ ਕਿਉਂਕਿ ਇੱਧਰ ਇਲਾਕੇ 'ਚ ਪਾਣੀ ਬਹੁਤ ਔਖਾ ਮਿਲਦਾ ਬਾਕੀ ਜੇ ਹੈ ਸਮੁੰਦਰੀ ਇਲਾਕਾ ਹੀ ਪਰ ਪਾਣੀ ਬਹੁਤ ਜ਼ਿਆਦਾ ਔਖਾ ਮਿਲਦਾ ਇੱਧਰ ਇਲਾਕੇ 'ਚ ਤਾਂ ਫਿਰ ਵੀ ਨਾ ਇੱਥੇ ਪੜ੍ਹਿਆ ਸੀ ਬਚਪਨ 'ਚ ਕਿ ਡ੍ਰਿਪ ਤੰਤਰ ਨਾਲ ਸਿੰਚਾਈ ਕਰਦੇ ਆ ਉਹ ਡ੍ਰਿਪ ਤੰਤਰ ਇੱਥੇ ਦੇਖਣ ਨੂੰ ਮਿਲਿਆ ਡ੍ਰਿਪ ਤੰਤਰ ਤਾਂ ਕਿ ਉਹ ਚੀਜ਼ ਮਿਲਦੀ ਹੈ ਨਾ ਮਤਲਬ ਪਾਣੀ ਮਿਲਦਾ ਉਸਦੇ ਬੂਟੇ ਨੂੰ ਮਿਲਦਾ ਠੀਕ ਹੈ ਅੱਗੇ ਜਾ ਕੇ ਮਤਲਬ ਪਾਣੀ ਦੀ ਵੇਸਟੇਜ ਨਹੀਂ ਹੁੰਦੀ ਪੂਰੀ ਪੱਥਰੀਲੀ ਜ਼ਮੀਨ ਹੁੰਦੀ ਹੈ ਉੱਪਰ ਉੱਪਰ ਮਿੱਟੀ ਸਾਡੇ ਪੱਥਰ ਨਿਕਲ ਜਾਂਦਾ ਠੀਕ ਹੈ ਇਹ ਵੀ ਨਾਰੀਅਲ ਦੇ ਬੂਟੇ ਨੇ ਆਸੇ ਪਾਸੇ ਨਿੰਬੂਆਂ ਦੇ ਬੂਟੇ ਲੱਗੇ ਨੇ ਅਤੇ ਉੱਧਰਲੇ ਬਗਾਨ 'ਚ ਚੱਲਦੇ ਹਾਂ ਉੱਧਰਲੇ ਖੇਤਾਂ 'ਚ ਚੱਲਦੇ ਹਾਂ ਅਤੇ ਹੁਣ ਤੁਹਾਨੂੰ ਦਿਖਾਵਾਂਗੇ ਸਭ ਤੋਂ ਵੱਡਾ ਵੱਡਾ ਨਾਰੀਅਲ ਦਾ ਪੇੜ ਬਣ ਚੁੱਕਿਆ ਮਤਲਬ ਇੱਕਦਮ ਤਿਆਰ ਨਾਰੀਅਲ ਪੱਕੇ ਹੋਏ ਲੱਗ ਰਹੇ ਹੈ ਪਰ ਲੱਗਦਾ ਨਹੀਂ ਪੱਕੇ ਹੋਏ ਆ ਪਰ ਪੀਲੇ ਪੀਲੇ ਆ ਹਰੇ ਹਰੇ ਆ ਉੱਤੋਂ ਨਹੀਂ ਲੱਗਦਾ ਦੇਖੋ ਤਾਂ ਦੋਸਤੋ ਆਹ ਨਾਰੀਅਲ ਦਾ ਪੇੜ ਜਿਸ ਨਾਰੀਅਲ ਲੱਗਦੇ ਆ ਅਤੇ ਉਹ ਦੇਖੋ ਨਾਰੀਅਲ ਲੱਗਿਆ ਠੀਕ ਹੈ ਬਹੁਤ ਦੂਰ ਤੱਕ ਫੈਲਿਆ ਹੋਇਆ ਇਹ ਇੱਧਰ ਨਿੰਬੂ ਆਹ ਹਾਲੇ ਛੋਟਾ ਬੂਟਾ ਨਾਰੀਅਲ ਦਾ ਇਹਦੇ ਕਰੇਟਸ ਪਈਆਂ ਨੇ ਅਤੇ ਆਹ ਵੀ ਛੋਟਾ ਹੀ ਹਾਲੇ ਇਹਦੀਆਂ ਬਾਹਾਂ ਬੜੀਆਂ ਵੱਡੀਆਂ ਹੋ ਗਈਆਂ ਅੱਗੇ ਹੋਰ ਵਿਖਾਉਣੇ ਤੁਹਾਨੂੰ ਪੂਰੇ ਮਕਾਨ 'ਚ ਆਹ ਦੇ ਆਹ ਚੰਦਨ ਦਾ ਚੰਦਨ ਨਿੰਬੂ ਇੱਦਾਂ ਕਰਕੇ ਚੱਲ ਪਿਆ ਚੰਦਨ ਲੱਗਿਆ ਚੰਦਨ ਨਿੰਬੂ ਨਾਰੀਅਲ ਇੱਦਾਂ ਇੱਧਰ ਮਕਾਨ 'ਚ ਇਹ ਹੈ ਅਤੇ ਅੱਗੇ ਹੋਰ ਤੁਹਾਨੂੰ ਦਿਖਾਉਣੇ ਆ ਕੀ ਗੱਲਬਾਤ ਹੈ ਚਲੋ ਅਤੇ ਆਹ ਦੇਖੋ ਆਹ ਡ੍ਰਿਪਸ ਪਈਆਂ ਡ੍ਰਿਪਸ ਜਿਹਨਾਂ ਮਤਲਬ ਪਾਣੀ ਦਿੱਤਾ ਜਾਂਦਾ ਬੂਟੇ ਨੂੰ ਆਹ ਡ੍ਰਿਪਸਾਂ ਦਿਖ ਰਹੀਆਂ ਹੋਊਗੀਆਂ ਕਾਲੀਆਂ ਕਾਲੀਆਂ ਲੰਬੀਆਂ ਲੰਬੀਆਂ ਜਿਹੀਆਂ ਠੀਕ ਹੈ ਇਹ ਡ੍ਰਿਪਸ ਪਾਈਆਂ ਜਾਂਦੀਆਂ ਅਤੇ ਬੂਟਿਆਂ ਨੂੰ ਸਿੰਚਾਈ ਦੇ ਰੂਪ 'ਚ ਪਾਣੀ ਦਿੱਤਾ ਜਾਂਦਾ ਹੈ ਬਾਕੀ ਸਾਰੇ ਬਗਾਨ 'ਚ ਲਗਭਗ ਇੱਦਾਂ ਨਾਰੀਅਲ ਦੀ ਖੇਤੀ ਜ਼ਿਆਦਾ ਇੱਧਰਲੀ ਸਾਈਡ ਨਾਰੀਅਲ ਪਾਣੀ ਚਾਹੀਦਾ ਪਾਣੀ ਜ਼ਿਆਦਾ ਚਾਹੀਦਾ ਹੁੰਦਾ ਅਤੇ ਕਲਾਈਮੇਟ ਉੱਦਾਂ ਦਾ ਹੋਣਾ ਚਾਹੀਦਾ ਜਿੱਦਾਂ ਸਿਸਟਮ ਹੈਗਾ ਨਾ ਬਾਲੀ ਠੰਡ ਨਾ ਬਾਲੀ ਗਰਮੀ ਠੀਕ ਠੀਕ ਮੌਸਮ ਯਾਨੀ ਕਿ ਹੋਣਾ ਚਾਹੀਦਾ ਇੱਥੇ ਅਤੇ ਆਪਾਂ ਹੋਰ ਘੁੰਮਦੇ ਘੁੰਮਦੇ ਅੱਗੇ ਆਈ ਜਾਂਦੇ ਹਾਂ ਇੱਧਰ ਨਾ ਅੰਡਰਗਰਾਊਂਡ ਹੀ ਪੈਪਾਂ ਪਾ ਦਿੰਦੇ ਆ ਠੀਕ ਹੈ ਜਿਵੇਂ ਆਹ ਪਈ ਹੋਈ ਪੈਪ ਹੈਗੀ ਆ ਅੰਡਰਗਰਾਊਂਡ ਹੀ ਮਿੱਟੀ ਦੇ ਅੰਦਰ ਇੱਥੋਂ ਪਾਣੀ ਨਿਕਲੀ ਜਾਣਾ ਆ
निकल के इधर खेता खेत लाया हुआ निकल के लग जाए करूँ। ठीक है अगे होर तरह नींबू चीकू दिखाने चीकू लगे है चीकू भी दिखावा सानू चीकू काटो खा गई। ठीक है और चलते अगे कोई चीकू के बूटे आ गए नहीं ये शायद अंब है देखो है अंब का पर इस अंब नहीं लगते हाले क्योंकि मौसम अपने हिसाब का ही होना चाहिए अपने अपने नालों लगन तो पहले ना एक महीना पहला इतने इस अंब लगते हैं ये सारी ओ उत्थे तक लड़ी जी हैगी अंबा की। ठीक है हुण तुहानूं मैं लगदा चीकू दिखाने पैने आ चीकू वास्ते अगे जाना पेगा ते आ लगे ने चीकू आने चीकू। ठीक है हुण तुहानूं दिखावांगे मिर्चा देखो जी आ लगियां मिर्चा और दो किलियां तक। ठीक है मिर्चा पौधे का वर्वी ले लियो मिर्चा का पौधा है ठीक है कई बार मिर्च लगी देखी नहीं होंगी ना ये बूटे चीकू लगे आया एक अंब एक चीकू है शायद हमें लाइन चके ये सारे चीकू लगे ने देखो कर्नाटका की जमीन पर की धर की होंगे है वो अपना परपज है दिखाता वीडियो आ भी अपना चीकू लगे ओह मेला का मैंगो लगे सामने तो अपने नारियल निके निके तो ट्रिपा बिछाई हुई है पानी देने इधर भी वही हाल इधर नींबू लग गया कच्चे कच्चे नींबू। ठीक है ये भी अपना नारियल और गां चलते हैं देखो ड्रिप तंत्र लग गया पूरा पोलथीन के अंदर जाके पूरा ड्रिप सिंचाई एकदम एवन काम इधर भी ड्रिप इधर पानी बगी जाता ड्रिप तंत्र तंत्र इधर भी वही हाल दोस्तों उम्मीद है फार्म मैं पूरा दिखा चुका है वो सामने गेट आ गया है गेट तक आप पहुंचांगे गल करते करते दोस्तों जे जिहड़ा क्लाइमेट है ना इधर का बहुत वधिया क्लाइमेट है तो देखने नूं नज़ारे। ठीक है एकदम छाए मंची डा के पै जाओ कोई चक्कर नहीं ना एसी का खर्चा ना बिल का उपर गर्मी घर पैंती है तो बहुत पैंती है पर जे इतने की धुप है स्किन साड़न वाली है रंग जल्दी काला हो जाता इतने तो जिन्होंने गोवा रंग चाहिए वह अपना धुप्पे घट काम करो बस इन्ना ही है कहना चाहूँगा मैं ते उत्तर होर खेती हाले वह भी सानू दिखावांगे कि खेती है किदा दी है किदा किदा होंदी है बस इतों पार कर लिए कि होर इत कारवाई पै जाए अपनी है ना। चलो फिर इधर जी करेले देखो करेले तुम आ लगे जी करेले उतो लैके जब तक नजर नज़र आ जाती है ये इधर प्रोडक्ट है चाली आ जाने पानी चाली है करेले का नहीं है पर यह कद्दू होने या तोरिया होनी है पता नहीं पूरी करेले आई। ठीक है बस इन्ना ही है समान इतने ये उस गली आ गई उस गली आ गई उस गली जी घर नहीं जाती है। चलो दोस्तों आप उस गली राह से पै गए जो थानू वीडियो लगी हो पसंद आई हो पसंद तो तुम करना वीडियो लाइक चैनल में करना सबसक्राइब शेयर भी कर दौ सारे लव यू तो मिलते हैं अगली वीडियो फिर कदे मिलेंगे अगली वीडियो जय हिंद जय भारत।